ਹੁਣ ਸਾਈਬਰ ਠੱਗਾਂ ਨੂੰ ਫੜਨਾ ਹੋਇਆ ਆਸਾਨ। ਇਸ ਜਗ੍ਹਾ ਤੇ ਖੁੱਲਿਆ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ। ਆਧੁਨਿਕ ਉਪਕਰਨਾਂ ਨਾਲ ਲੈਸ ਹੋਵੇਗਾ ਇਹ ਸਟੇਸ਼ਨ। ਦਿਨ ਰਾਤ ਪੁਲਿਸ ਕਰਮੀ ਕਰਨਗੇ ਮਿਹਨਤ। ਆਨਲਾਈਨ ਠੱਗੀ ਹੁੰਦੀ ਹੈ ਤਾਂ ਪਹੁੰਚੋ ਇਸ ਸਟੇਸ਼ਨ 'ਚ। ਪੰਜਾਬ DGP ਗੌਰਵ ਯਾਦਵ ਨੇ ਕੀਤਾ ਉਦਘਾਟਨ। ਤਾਂ ਦੱਸ ਦਈਏ ਕਿ ਹੁਣ ਸਾਈਬਰ ਠੱਗਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਵਿੱਚ ਹੁਣ ਪੰਜਾਬ ਦੇ DGP ਗੌਰਵ ਯਾਦਵ ਦੇ ਵੱਲੋਂ ਸੰਗਰੂਰ ਦੇ ਵਿੱਚ ਇੱਕ ਨਵਾਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲ੍ਹਿਆ ਗਿਆ ਜਿੱਥੇ ਕਿ ਆਨਲਾਈਨ ਠੱਗੀਆਂ ਹੁੰਦੀਆਂ ਨੇ ਜਾਂ ਫਿਰ ਤੁਹਾਡੇ ਨਾਲ ਕੋਈ ਫਰੋਡ ਹੁੰਦਾ ਹੈ ਆਨਲਾਈਨ ਤਾਂ ਇਸ ਪੁਲਿਸ ਸਟੇਸ਼ਨ ਦੇ ਵਿੱਚ ਤੁਹਾਡੀ ਮਦਦ ਹੋਵੇਗੀ ਜਿੱਥੇ ਆਧੁਨਿਕ ਮਸ਼ੀਨਾਂ ਦੇ ਨਾਲ ਅਤੇ ਉਪਕਰਨਾਂ ਦੇ ਨਾਲ ਇਹਨਾਂ ਸਾਈਬਰ ਠੱਗਾਂ ਨੂੰ ਫੜਨ ਦੇ ਵਿੱਚ ਹੁਣ ਪੁਲਿਸ ਨੂੰ ਵੀ ਆਸਾਨੀ ਹੋਵੇਗੀ। ਤਾਂ ਜੇਕਰ ਤੁਹਾਡੇ ਨਾਲ ਕੋਈ ਵੀ ਅਜਿਹੀ ਵਾਰਦਾਤ ਹੁੰਦੀ ਹੈ ਤਾਂ ਤੁਸੀਂ ਇਸ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਆਪਣੀ ਰਿਪੋਰਟ ਲਿਖਵਾ ਸਕਦੇ ਹੋ। ਤਾਂ ਦੱਸ ਦਈਏ ਕਿ ਪਹਿਲਾਂ ਲੋਕਾਂ ਨੂੰ ਕਈ ਖੱਜਲ ਖੁਆਰੀਆਂ ਹੁੰਦੀਆਂ ਸੀ ਜਿੱਥੇ ਕਿ ਸਾਈਬਰ ਠੱਗੀਆਂ ਹੋ ਜਾਂਦੀਆਂ ਸੀ। ਤਾਂ ਅੱਜ ਦੇ ਦਿਨ ਦੇ ਵਿੱਚ ਆਮ ਹੀ ਸਾਈਬਰ ਠੱਗ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਨੇ। ਤਾਂ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਦੇ DSP ਗੌਰਵ ਯਾਦਵ ਦੇ ਵੱਲੋਂ ਹੁਣ ਸੰਗਰੂਰ ਦੇ ਵਿੱਚ ਇੱਕ ਨਵਾਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲ੍ਹਿਆ ਗਿਆ। ਜਿਹੜਾ ਇਹ ਸਾਈਬਰ ਪੁਲਿਸ ਸਟੇਸ਼ਨ ਜ਼ਿਲ੍ਹਾ ਸੰਗਰੂਰ ਦੇ ਵਿੱਚ DGP ਸਾਹਿਬ ਨੇ ਉਦਘਾਟਨ ਕੀਤਾ ਹੈ, ਉਸ ਦੇ ਵਿੱਚ ਅਸੀਂ ਵੱਧ ਤੋਂ ਵੱਧ ਸਟਾਫ ਵੀ ਹੁਣ ਲਾਇਆ। ਪਹਿਲੇ ਸਾਡੇ ਕੋਲ ਸਿਰਫ ਇੱਕ ਸਾਈਬਰ ਸੈੱਲ ਹੁੰਦਾ ਸੀ ਜਿਸ ਦੇ ਵਿੱਚ ਬੜਾ ਘੱਟ ਸਟਾਫ ਸੀ ਅਤੇ ਉਸ 'ਤੇ ਇੰਨੀ ਜ਼ਿਆਦਾ ਮਹੱਤਵਤਾ ਨਹੀਂ ਦਿੱਤੀ ਜਾਂਦੀ ਸੀ। ਲੇਕਿਨ ਹੁਣ ਇਸ ਪੁਲਿਸ ਸਟੇਸ਼ਨ ਬਣਨ ਨਾਲ ਇੱਥੇ ਨਾਲੇ ਦਾ FIR ਦਰਜ ਹੁੰਦੀ ਹੈ। ਬੜਾ ਹੀ ਸਿਟੀਜ਼ਨ ਫਰੈਂਡਲੀ ਅਸੀਂ ਇਹ ਪੁਲਿਸ ਸਟੇਸ਼ਨ ਬਣਾਇਆ ਹੈ। 3 ਵੱਖੋ ਵੱਖ ਵਧੀਆ ਉਸ ਦੇ ਵਿੱਚ ਰੂਮਸ ਤਿਆਰ ਕੀਤੇ ਗਏ ਨੇ ਜਿਸ ਦੇ ਵਿੱਚ SHO ਸਾਹਿਬ ਉਹਨਾਂ ਦੇ ਤਫਤੀਸ਼ੀ ਵੀ ਬੈਠਦੇ ਨੇ ਅਤੇ ਨਾਲੇ ਅਸੀਂ ਪਬਲਿਕ ਦੀ ਸਹੂਲਤਾਂ ਵਾਸਤੇ ਉੱਥੇ ਅਤੇ ਇਨਫੋਰਮੇਸ਼ਨ ਵਾਸਤੇ ਉੱਥੇ ਵੱਡੇ ਵੱਡੇ ਕਲਰਫੁੱਲ ਚਾਰਟਸ ਲਾਏ ਨੇ ਤਾਂ ਕਿ ਅਗਰ ਕੋਈ ਪਰਿਵਾਰਕ ਤੌਰ 'ਤੇ ਵੀ ਉੱਥੇ ਆਵੇ ਆਪਣੀ ਸ਼ਿਕਾਇਤ ਲਿਖਾਉਣ ਅਤੇ ਉਹਨਾਂ ਨੂੰ ਕੋਈ ਵੀ ਓਪਰਾ ਨਾ ਮਹਿਸੂਸ ਹੋਵੇ। ਸਰ, ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਹੁਣ ਸਾਈਬਰ ਕ੍ਰਾਈਮ ਜ਼ਿਆਦਾ ਵੱਧ ਰਿਹਾ ਤਾਂ ਇਸ ਤਰੀਕੇ ਦੀ ਜਿਹੜੀ ਹੁਣ ਸਰਵਿਸ ਜ਼ਿਆਦਾ ਵੱਧ ਗਈਆਂ ਤਾਂ ਕੰਟਰੋਲ ਕਿੰਨੇ ਕੁ ਵਧੇ ਤਰੀਕੇ ਨਾਲ ਹੋਜੂਗਾ? ਇਸ ਦੇ ਵਿੱਚ ਮੈਂ ਆਪ ਜੀ ਦੇ ਮਾਧਿਅਮ ਨਾਲ ਦੱਸਣਾ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਕਿ ਬੜਾ ਜ਼ਰੂਰੀ ਹੈ ਕਿ ਆਪਾਂ ਇਸ ਦੇ ਬਾਰੇ ਜਾਣੂ ਹੋਈਏ ਅਤੇ ਇਨਫੋਰਮੇਸ਼ਨ ਅੱਗੇ ਵੀ ਆਪਣੇ ਗੁਆਂਢੀਆਂ ਦੋਸਤਾਂ ਨੂੰ ਦੇਈਏ। ਜਦੋਂ ਵੀ ਤੁਹਾਡੇ ਨਾਲ ਕਦੇ ਅਗਰ ਕੋਈ ਇਹ ਜੀ ਘਟਨਾ ਵਾਪਰ ਜਾਵੇ ਤਾਂ 1930 ਨੰਬਰ 'ਤੇ ਤੁਰੰਤ ਤੁਸੀਂ ਇਨਫੋਰਮੇਸ਼ਨ ਦਿਓ। ਦੂਸਰਾ, ਆਪਣੇ ਬੈਂਕ ਦੇ ਨਾਲ ਗੱਲ ਕਰਕੇ ਆਪਣਾ ਕਾਰਡ ਜਾਂ ਖਾਤਾ ਬਲੌਕ ਕਰਾਓ, ਉਸ 'ਤੇ ਰੋਕ ਲਗਵਾਓ ਤਾਂ ਕਿ ਉਸ ਦੇ ਵਿੱਚੋਂ ਹੋਰ ਪੈਸੇ ਨਾ ਡੈਬਿਟ ਹੋ ਸਕਣ। ਤੁਰੰਤ ਸਾਨੂੰ ਇਨਫੋਰਮੇਸ਼ਨ ਵੀ ਦਿਓ ਤਾਂ ਕਿ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਬੈਂਕ ਅਕਾਊਂਟਸ ਵਿੱਚ ਪੈਸਾ ਗਿਆ ਉਸ ਨੂੰ ਫਰੀਜ਼ ਕਰਾ ਸਕੀਏ। ਲੇਕਿਨ ਮੈਂ ਫਿਰ ਤੋਂ ਦੁਹਰਾਵਾਂਗਾ ਕਿ ਸਭ ਤੋਂ ਜ਼ਰੂਰੀ ਹੈ ਕਿ ਪਹਿਲਾ ਕਦਮ 1930 ਨੰਬਰ ਹੈਲਪਲਾਈਨ 'ਤੇ ਫੋਨ ਕਰਕੇ ਉਸਦੇ ਬਾਰੇ ਇਤਲਾਹ ਦੇਣੀ ਸਭ ਤੋਂ ਜ਼ਰੂਰੀ ਹੈ। ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਈਬਰ ਕ੍ਰਾਈਮ ਵੱਧਦਾ ਜਾ ਰਿਹਾ ਉਸੇ ਤਰੀਕੇ ਦੇ ਨਾਲ ਪੁਲਿਸ ਵੀ ਹੁਣ ਜ਼ਿਆਦਾ ਮੁਸਤੈਦ ਹੁੰਦੀ ਜਾ ਰਹੀ ਆ। 9 ਅਕਤੂਬਰ ਨੂੰ ਸੰਗਰੂਰ ਪੁਲਿਸ ਲਾਈਨ ਦੇ ਵਿੱਚ DGP ਗੌਰਵ ਯਾਦਵ ਦੇ ਵੱਲੋਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਆ ਪੁਲਿਸ ਟੀਮ ਹੁਣ ਸਾਈਬਰ ਠੱਗਾਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕਰੂਗੀ। SHO ਉੱਥੇ ਤੈਨਾਤ ਕੀਤੇ ਗਏ ਨੇ ਅਤੇ ਹੁਣ ਕਿਸੇ ਵੀ ਬੰਦੇ ਦੇ ਨਾਲ ਸਾਈਬਰ ਧੋਖਾਧੜੀ ਹੁੰਦੀ ਆ ਤਾਂ ਹੁਣ ਇਸੇ ਪੁਲਿਸ ਸਟੇਸ਼ਨ ਦੇ ਵਿੱਚ ਉਹਦਾ ਕੇਸ ਜਿਹੜਾ ਹੈਗਾ ਰਜਿਸਟਰ ਕੀਤਾ ਜਾਊਗਾ ਅਤੇ ਹਰ ਇੱਕ ਤਰੀਕੇ ਦੇ ਸਾਈਬਰ ਠੱਗਾਂ ਨੂੰ ਫੜਨ ਦੇ ਲਈ ਪੁਲਿਸ ਤਕੜੇ ਤਰੀਕੇ ਨਾਲ ਜਿਹੜਾ ਹੈਗਾ ਹੁਣ ਆਪਣਾ ਵਰਕ ਕਰੂਗੀ। ਜਿਹੜਾ ਸਾਡੇ ਕੋਲ ਪਹਿਲਾਂ ਪੁਲਿਸ ਲਾਈਨ ਦੇ ਵਿੱਚ ਸਾਡਾ ਆਫਿਸ ਸੀਗਾ, ਉਹ ਇੱਕ ਸਾਈਬਰ ਸੈੱਲ ਬਣਿਆ ਹੋਇਆ ਸੀਗਾ ਜਿੱਥੇ ਕਿ ਅਸੀਂ ਕੰਪਲੇਂਟਸ ਨਾਲ ਡੀਲ ਕਰਦੇ ਸੀਗੇ। ਅਤੇ ਹੁਣ ਸਾਡਾ ਜਿਹੜਾ DGP ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਮਿਸ਼ਨ ਚਲਾਇਆ ਗਿਆ ਸੀਗਾ ਜਿਹਦੇ ਵਿੱਚ ਕੀ ਸੀਗਾ ਕਿ ਲੋਕਾਂ ਨੂੰ ਜਿਹੜਾ ਵੱਧ ਤੋਂ ਵੱਧ ਇਨਸਾਫ ਦਵਾਇਆ ਜਾ ਸਕੇ ਤਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਾਈਬਰ ਥਾਣੇ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜਿਨ੍ਹਾਂ ਦਾ ਸਾਡੇ ਇੱਥੇ ਮਤਲਬ ਪੁਲਿਸ ਸਟੇਸ਼ਨ ਦਾ ਉਦਘਾਟਨ ਵੀ DGP ਪੰਜਾਬ ਵੱਲੋਂ ਕੀਤਾ ਗਿਆ ਜਿਹਦੇ 'ਚ ਅਸੀਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਜਿਹੜਾ ਤੁਹਾਡਾ ਕੀਮਤੀ ਪੈਸਾ ਤੁਸੀਂ ਉਹਨੂੰ ਬਚਾਓ। ਤੁਸੀਂ ਜਿਹੜੇ ਤੁਹਾਨੂੰ ਫੇਕ ਕਾਲਸ ਆਉਂਦੀਆਂ ਨੇਗੇ ਔਨਲਾਈਨ ਟ੍ਰੇਡਿੰਗ ਬਾਰੇ, ਜਿਹੜਾ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਲੇਟੈਸਟ ਕ੍ਰਾਈਮ ਚੱਲ ਰਿਹਾ, ਉਹਦੇ 'ਚ ਇਹੀ ਹੈ ਕਿ ਲੋਕ ਤੁਹਾਨੂੰ ਫੋਨ ਕਰਕੇ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਪੈਸਾ ਉਹਨੂੰ ਤੁਸੀਂ ਇਨਵੈਸਟ ਕਰੋ ਕਿਸੇ ਨਾ ਕਿਸੇ ਐਪਲੀਕੇਸ਼ਨ ਦੇ ਵਿੱਚ, ਟੈਲੀਗ੍ਰਾਮ ਦੇ ਵਿੱਚ ਜਾਓ, ਵਟਸਐਪ ਗਰੁੱਪਸ ਦੇ ਵਿੱਚ ਜੁਆਇਨ ਕਰਾਉਂਦੇ ਨੇ ਤਾਂ ਜਿੱਥੇ ਕਿ ਹੁੰਦਾ ਬਹੁਤ ਸਾਰੇ ਜਿਹੜੇ ਫਰੋਡਸਰ ਨੇਗੇ ਉਹ ਬੈਠੇ ਹੁੰਦੇ ਨੇ, ਉਹ ਵੀ ਕਰਦੇ ਨੇ ਲੋਕਾਂ ਨੂੰ ਇਹਨਾਂ ਗੱਲਾਂ ਦੇ ਵਿੱਚ ਝਾਂਸੇ 'ਚ ਲੈਂਦੇ ਨੇ, ਬੇਵਕੂਫ ਬਣਾਉਂਦੇ ਨੇ ਲੋਕਾਂ ਨੂੰ ਅਤੇ ਲੋਕਾਂ ਦਾ ਜਿਹੜਾ ਆਪਣਾ ਕੀਮਤੀ ਪੈਸਾ ਉਹਨੂੰ ਖਰਾਬ ਕਰਦੇ ਨੇ ਤਾਂ ਲੋਕਾਂ ਨਾਲ ਬਹੁਤ ਜ਼ਿਆਦਾ ਵੱਡੀ ਅਮਾਊਂਟ ਦੇ ਵਿੱਚ ਠੱਗੀ ਹੋ ਰਹੀ ਹੈ। ਸਾਨੂੰ ਬੜਾ ਅਫਸੋਸ ਹੈ ਇਸ ਚੀਜ਼ ਦਾ ਕਿ ਇਹ ਡੇਲੀ ਬੇਸਿਸ 'ਤੇ ਡੇ ਬਾਏ ਡੇ ਵੱਧ ਰਹੀ ਹੈ। ਤਾਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਮਤਲਬ ਸੋਝੀ ਤੋਂ ਕੰਮ ਲਓ। ਅਗਰ ਤੁਹਾਨੂੰ ਕੋਈ ਇੱਦਾਂ ਦੀ ਫੇਕ ਕਾਲ ਆਉਂਦੀ ਹੈ ਜਿਹਦੇ 'ਚ ਤੁਹਾਨੂੰ ਡਰਾਇਆ ਜਾਂਦਾ ਕਿ ਤੁਹਾਡੇ ਬੱਚੇ ਫੋਰਨ 'ਚ ਨੇ ਜਾਂ ਇੱਧਰ ਉੱਧਰ ਕਿਤੇ ਵੀ ਜੋਬ ਕਰ ਰਹੇ ਨੇ,
ਤਾਂ ਉਹਨਾਂ ਨੂੰ ਡਰਾਇਆ ਜਾਂਦਾ ਕਿ ਤੁਹਾਡਾ ਬੱਚਾ ਕਿਸੇ ਨਾ ਕਿਸੇ ਕ੍ਰਿਮੀਨਲ ਕੇਸ 'ਚ ਫਸ ਗਿਆ, ਤਾਂ ਪੇਰੈਂਟਸ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਤੁਸੀਂ ਇਹਨਾਂ ਵਾਸਤੇ ਪੇਮੈਂਟਸ ਦਿਓ ਤਾਂ ਕਿ ਤੁਹਾਡੇ ਬੱਚੇ ਨੂੰ ਛੱਡਿਆ ਜਾਵੇ। ਤਾਂ ਮੇਰੀ ਬੇਨਤੀ ਇਹੀ ਹੈ ਕਿ ਪੇਰੈਂਟਸ ਨੂੰ ਇਹ ਵੈਰੀਫਾਈ ਕਰਨਾ ਚਾਹੀਦਾ, ਬਿਕੋਜ਼ ਆਫ ਉਹ ਉਹਨਾਂ ਨੂੰ ਬਿਨਾਂ ਵੈਰੀਫਾਈ ਕੀਤੇ ਲੋਕਾਂ ਨੂੰ ਪੈਸਾ ਪਾ ਰਹੇ ਨੇ, ਡਰ ਕੇ ਪੈਸਾ ਪਾ ਰਹੇ ਨੇ। ਤਾਂ ਮਤਲਬ ਅਗਰ ਆਪਾਂ ਖੁਦ ਅਵੇਅਰ ਹੋ ਕੇ ਚੱਲੀਏ, ਕਿਸੇ ਨਾਲ OTP ਸ਼ੇਅਰ ਨਾ ਕਰੀਏ, ਆਪਣਾ ਕੋਈ ਬੈਂਕ ਦੀ ਕ੍ਰੈਡਿਟ ਦੀ ATM ਦੀ ਡਿਟੇਲਸ ਨਾ ਸ਼ੇਅਰ ਕਰੀਏ, ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਬਾਕੀ ਅਸੀਂ ਆਪਣੇ ਵੱਲੋਂ ਬਹੁਤ ਮਿਹਨਤ ਕਰ ਰਹੇ ਹਾਂ ਕਿ ਲੋਕਾਂ ਨੂੰ ਇਨਸਾਫ ਦਵਾਇਆ ਜਾ ਸਕੇ, ਅਤੇ ਲੋਕਾਂ ਨੂੰ ਇਸ ਚੀਜ਼ ਬਾਰੇ ਟਾਈਮ ਟੂ ਟਾਈਮ ਆਪਣੇ ਪੇਜਸ ਦੇ ਉੱਤੇ, ਸੋਸ਼ਲ ਮੀਡੀਆ ਦੇ ਚੈਨਲਸ ਦੇ ਉੱਤੇ, ਵੈੱਬ ਚੈਨਲਸ ਦੇ ਵੀ ਤੁਹਾਡੇ ਜ਼ਰੀਏ ਵੀ ਅਸੀਂ ਸ਼ੇਅਰ ਕਰਦੇ ਹਾਂ ਇਹ ਚੀਜ਼ ਨੂੰ। ਅਤੇ ਹੁਣ ਸਾਡੇ ਕੋਲ ਕਾਫੀ ਕੰਪੀਟੀਟਿਵ ਸਟਾਫ ਵੀ ਹੈਗਾ, ਸਾਡੇ ਕੋਲ ਟੂਲਸ ਵੀ ਪ੍ਰੋਵਾਈਡ ਕਰਵਾਏ ਗਏ ਨੇ, ਅਤੇ ਅਸੀਂ ਆਪਣੇ ਬੈਸਟ ਐਫਰਟਸ ਨੇ ਇਸ ਚੀਜ਼ ਲਈ ਕਰ ਰਹੇ ਹਾਂ। ਹੁਣ ਤੱਕ ਅਸੀਂ ਆਪਣੇ ਥਾਣੇ ਵਿੱਚ 22 ਪਰਚੇ ਦਰਜ ਕਰ ਚੁੱਕੇ ਹਾਂ ਹੁਣ ਤੱਕ। ਦੇਖੋ ਜੀ, ਉਹ ਵੀ ਇੱਕ ਟ੍ਰਿਕ ਹੈ ਉਹਨਾਂ ਦਾ, ਉਹ ਕੋਈ ਨਾ ਕੋਈ ਲੇਟੈਸਟ ਜਿਵੇਂ ਕੋਵਿਡ ਟਾਈਮ 'ਚ ਉੱਦਾਂ ਦਾ ਟ੍ਰਿਕ ਯੂਜ਼ ਕਰਦੇ ਸੀਗੇ। ਅੱਜ ਕੱਲ੍ਹ ਉਹ ਤੁਹਾਨੂੰ ਕੁਛ ਵੀ ਕਹਿ ਸਕਦੇ, ਤੁਹਾਡਾ ਫੋਨ ਬੰਦ ਹੋਣ ਲੱਗਿਆ, ਤੁਹਾਡਾ ਕ੍ਰੈਡਿਟ ਕਾਰਡ ਹੈ ਇਹਦੀ ਤੁਸੀਂ ਲਿਮਿਟ ਵਧਾ ਲਓ, ਤੁਹਾਡਾ ATM ਕਾਰਡ ਹੈ ਇਹਦੇ ਵਿੱਚ ਕੋਈ ਮਿਸਯੂਜ਼ ਨਾ ਹੋ ਜਾਵੇ, ਤੁਸੀਂ ਇਹਨੂੰ ਸਿਕਿਓਰ ਕਰ ਲਓ। ਮਤਲਬ ਕਿਸੇ ਵੀ ਤਰੀਕੇ ਨਾਲ ਟੈਕਨੋਲੋਜੀ ਨੂੰ ਮਤਲਬ ਤੁਹਾਡੇ ਨੂੰ ਡਾਇਵਰਟ ਕਰਕੇ ਮੈਸੇਜ ਤੁਹਾਡੇ ਅੱਗੇ ਕਨਵੇ ਕਰਦੇ ਨੇ ਕਿ ਤੁਹਾਨੂੰ ਮਤਲਬ ਉਸ ਚੀਜ਼ ਉਲਝਾ ਲੈਂਦੇ ਨੇ। ਤਾਂ ਮਤਲਬ ਕੋਈ ਵੀ ਬੈਂਕ ਦੀ ਕਾਲ ਆਉਂਦੀ ਆ, ਮੈਨੇਜਰ ਦੀ ਕਾਲ ਆਉਂਦੀ ਆ, ਇਹਨਾਂ ਕਾਲਸ ਨੂੰ ਅਵੋਇਡ ਕੀਤਾ ਜਾਵੇ।